Artlist.io. Music licensing reimagined. ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ ਔਰ ਵੈਲਕਮ ਅੱਜ ਦੇ ਤੁਹਾਡਾ ਨਵੇਂ ਬਲੌਗ 'ਚ। ਆਓ ਜੀ ਬਾਈ, ਚੱਲਦਾ ਜੀ ਕੰਮ, ਬਹੁਤ ਵਧੀਆ ਚੱਲਦਾ, ਬਾਬੇ ਦੀ ਕਿਰਪਾ ਵੀ। ਮਸ਼ੀਨ ਵੀ ਬਾਈ ਸੈੱਟ ਆ, ਬਾਕੀ ਬਾਈ ਹੁਣ ਆਏ ਹਾਂ ਕੱਲ੍ਹ ਥੋੜ੍ਹਾ ਜਿਹਾ ਨਾ ਮੇਰੀ ਜਿਹੜੇ ਬੰਦੇ ਫੈਕਟਰੀਆਂ 'ਚ ਕੰਮ ਕਰਦੇ ਆ, ਮੰਨ ਲਓ ਵਰਕਸ਼ਾਪਾਂ 'ਚ ਕੰਮ ਕਰਦੇ ਆ ਨਾ, ਕਰਤਾਰ ਵਿਸ਼ਾਲ ਕਿਸੇ ਵੀ ਕੰਪਨੀ 'ਚ, ਮੈਂ ਇਹ ਨਹੀਂ ਕਹਿੰਦਾ ਵੀ ਇਹ 'ਚ ਕਰਦੇ ਹਾਂ, ਕੰਪਨੀ ਬੰਦੇ ਹੀ ਕੰਮ ਕਰਦੇ ਹਾਂ, ਉਹਨਾਂ ਨੂੰ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਆ ਵੀਰੇ, ਜਿਹੜੇ ਐਡਲ ਊਡਲ ਗਲੀਸ ਕਰਕੇ ਪਾਇਆ ਕਰੋ, 6205 ਨੰਬਰ ਬੈਰਿੰਗ ਪੈਂਦੇ ਨਾ ਐਡਲਾਂ ਦੇ ਵਿੱਚ, ਇਹ ਗਲੀਸ ਕਰਕੇ ਪਾਇਆ ਕਰੋ। ਸਾਡਾ ਬਾਈ ਕੱਲ੍ਹ ਫੀਟਰ ਵਾਲਾ ਬੈਰਿੰਗ, ਜਿਹੜਾ ਫੀਟਰ ਵਾਲੇ ਬੈਰਿੰਗ ਦਾ ਐਡਲ ਆ ਨਾ, ਉਹ ਬੈਰਿੰਗ ਗਰਮ ਹੋਣ ਲੱਗ ਗਿਆ, ਗਰਮ ਹੋਣ ਕਰਕੇ ਬਾਈ ਨਿਕਲਿਆ ਨਹੀਂ ਵਿੱਚ ਦੇ। ਵੀ ਤੁਹਾਨੂੰ ਪਤਾ ਵੀ ਸਾਈਜ਼ ਹੁਣ ਨਵੀਂ ਸ਼ਾਫਟ ਦਾ ਸਾਈਜ਼, ਆਪਾਂ ਨਵੀਂ ਸ਼ਾਫਟ ਆਪਾਂ ਹੀ ਪਾਉਂਦੇ ਹਾਂ, ਉਹਦਾ ਟਾਇਟ ਹੁੰਦਾ ਹੈ, ਬਾਕੀ ਕੰਪਨੀ 'ਚ ਤਾਂ ਹੁਣ ਪ੍ਰੈਸਾਂ ਉੱਥੇ ਤਾਂ ਜਦੋਂ ਥੋਕ ਕੇ ਛੱਡ ਦਿੰਦੇ ਹਾਂ। ਮੇਰੀ ਇਹ ਬੇਨਤੀ ਆ ਸਾਰੇ ਕੰਬਾਈਨਾਂ ਵਾਲੇ ਵੀਰਾਂ ਨੂੰ ਜਿਹੜੇ ਵਰਕਸ਼ਾਪਾਂ 'ਚ ਕੰਮ ਕਰਦੇ ਹਾਂ, ਵੀ ਬਾਈ ਐਡਲ ਊਡਲ ਜਿਹੜੇ ਬਾਈ ਗਰੀਸ ਕਰਕੇ ਪਾਇਆ ਕਰੋ, ਸਾਡੇ ਕੱਲ੍ਹ 2-2.5 ਘੰਟੇ ਫੁੱਟ ਗਏ ਐਡਲ ਕਰਕੇ। ਬਾਕੀ ਹੋਰ ਮਸ਼ੀਨ ਕੋਈ ਵੀ, ਚਲੋ ਆਪਾਂ ਹੀ ਨਹੀਂ ਕਹਿੰਦੇ ਵੀ ਮਸ਼ੀਨ 'ਚ ਦਿੱਕਤ ਆ, ਮਸ਼ੀਨ ਮਾੜੀ ਆ, ਕੋਈ ਵੀ ਮਸ਼ੀਨ ਆ ਕਿਸੇ ਦੀ ਵੀ ਆ, ਯਾਨੀ ਇਹ ਬੜੇ ਬੜੇ ਤਾਂ ਮਸ਼ੀਨੀਆਂ ਚੱਲਦੀਆਂ ਚੱਲਦੀਆਂ, ਕਹਿੰਦੇ ਬੜੇ ਬੜੇ ਜਹਾਜ਼ ਖੜ੍ਹ ਜਾਂਦੇ ਆ ਜਾਂ ਜਹਾਜ਼ ਗਿਰ ਜਾਂਦੇ ਉੱਪਰ ਉੱਡਦੇ, ਇਹਨਾਂ ਦਾ ਕੋਈ ਥੱਲੇ ਉਹ ਵਜੂਦ ਹੀ ਨਹੀਂ ਹੈਗਾ ਥੱਲੇ ਚੱਲਣ ਦਾ। ਤਾਂ ਕਰਕੇ ਮੈਂ ਇਹੀ ਗੱਲ ਅਰਦਾਸ ਕਰਦਾ ਸਾਰੇ ਵੀਰਾਂ ਨੂੰ, ਬੇਨਤੀ ਕਰਦਾ, ਸੋਰੀ ਅਰਦਾਸ ਕਹਿ ਉਹ ਕਹਿੰਦਾ, ਬੇਨਤੀ ਕਰਦਾ ਵੀ ਬਾਈ ਵੱਧ ਤੋਂ ਵੱਧ ਗਰੀਸ, ਛੋਟੇ ਛੋਟੇ ਬੈਰਿੰਗ ਆ ਨਾ ਜਿਹੜੇ, ਇਹਨਾਂ 'ਚ ਗਰੀਸ ਪਾ ਕੇ ਕੰਪਨੀ ਵਾਲਿਆਂ ਨੂੰ ਦੇਣੀ ਚਾਹੀਦੀ ਆ ਮਸ਼ੀਨ। ਚਲੋ ਜੇ ਬਾਕੀ ਟਾਈਮ ਤਾਂ ਕੁਛ ਨਹੀਂ ਲੱਗਦਾ ਛੋਟੇ ਜਿਹੇ ਬੈਰਿੰਗ ਨੂੰ ਬਾਈ, ਆ ਕਈ ਵਾਰ ਪੁੰਗਾ ਅੜਦਾ ਨਾ, ਹੁਣ ਸਾਡੇ ਕੱਲ੍ਹ 2 ਘੰਟੇ ਖਰਾਬ ਹੋ ਗਏ, 2 ਕੀਲੇ ਮਰ ਗਏ, ਤੁਸੀਂ ਹਿਸਾਬ ਨਾਲ 10,000 ਦਾ ਹੋ ਗਿਆ ਨੁਕਸਾਨ। ਚਲੋ ਹੁਣ ਚੱਲਦਾ ਕੰਮ, ਭਲਵਾਨ ਆ ਵੀਰ, ਇੱਕ ਭਲਵਾਨ ਦੇ ਲੱਗੇ ਹੋਏ ਵੱਢਣ, ਚੱਲਦੀ ਆ ਰਾਜੂ ਚਲਾਉਂਦਾ ਮਸ਼ੀਨ, ਪਹਿਲਾਂ ਪਿੱਛੇ ਬੱਗੇ ਬਾਈ ਦੇ ਛੱਲੀਆਂ ਜੇ ਕੱਢੀਆਂ ਦੀਆਂ ਉਹ ਮੈਂ ਕੱਢ ਕੇ ਆਇਆ, ਤਾਂ ਰਾਜੂ ਕਹਿੰਦਾ ਮੈਂ ਚਲਾਉਣਾ ਭਾਈ, ਮੈਂ ਚਲੋ ਤੁਸੀਂ ਚਲਾਓ। ਚਲੋ ਹੁਣ ਆ ਕੇ ਮਸ਼ੀਨ ਤੁਹਾਨੂੰ ਦਿਖਾਉਂਦਾ, ਆਓ ਚੱਲਦੀ ਆ ਜੀ ਮਸ਼ੀਨ। ਆਟੋ ਕਲੀਨਰ ਐਨ ਵਧੀਆ, ਕੋਈ ਗਰਮ ਨਾ ਹੁੰਦਾ ਇੰਜਣ, ਕੁਝ ਨਹੀਂ ਹੁੰਦਾ ਹੈਗਾ, ਬਹੁਤ ਵਧੀਆ ਚੱਲਦਾ। ਆਹ ਦੇਖੋ ਗਿੱਲਾ ਪਿਆ, ਜਾਂਦੀ ਆ ਗਿੱਲੇ 'ਚ ਧੋਂਦੀ ਉਹ। ਬਾਕੀ ਆਪਣੇ ਬੰਦੇ ਆ ਜਿਹੜੇ ਲੇਬਰ ਵਾਲੇ ਕਾਇਮ ਆ ਪੂਰੇ। ਇਹਦੇ ਬਾਅਦ ਆਹ ਮੱਕੀ ਵੱਢਣੀ ਆ, ਇਹ ਮੱਕੀ ਬਾਈ ਗਿਰੀ ਹੋਈ ਆ, ਇਹ ਵੀਰ ਕਹਿੰਦਾ ਟਾਂਡਾ ਇਕੱਲਾ ਇਕੱਲਾ ਟਾਂਡਾ ਵੱਢ ਕੇ ਸੁੱਟੂਗੀ, ਲੇਬਰ ਵਾਲੇ ਟਾਂਡਾ ਸੁੱਟ ਦੇਣਗੇ ਵੱਢ ਕੇ ਵੀ ਇਕੱਲਾ ਇਕੱਲਾ, ਮੈਂ ਚਲੋ ਉਹ ਵੀ ਠੀਕ ਆ। ਬਾਕੀ ਬਾਈ ਦੇਖੋ ਛੋਟੇ ਛੋਟੇ ਹੁੰਦੇ ਤੇ ਯਾਰ ਵੀ ਜਾਮਣਾ ਬਹੁਤ ਖਾਂਦੇ ਤੇ, ਹੁਣ ਤਾਂ ਬਾਈ ਕਈ ਸਾਲ ਹੋ ਗਏ ਦੇਖੀਆਂ ਵੀ ਨਹੀਂ ਦੀਆਂ, ਤੁਹਾਨੂੰ ਪਤਾ ਐਮ ਪੀ ਯੂਪੀ ਜਾਂਦੇ ਤੇ ਆਹ ਦੇਖੋ ਲੱਗੀਆਂ ਹੋਈਆਂ ਜਾਮਣਾ, ਹੁਣ ਆਪਾਂ ਜਾਮਣਾ ਖਾਂਦੇ ਹਾਂ ਨਾਲੇ ਤੁਹਾਨੂੰ ਖਿਲਾਉਂਦੇ ਹਾਂ। ਬੜੀ ਗਰਮੀ ਆ ਬਾਈ, ਗਰਮੀ ਨੇ ਰਿਕਾਰਡ ਤੋੜੇ ਪਏ ਆ, ਵੀ ਧਾਨਾ ਵੀਰ ਆ ਜਿਹੜੇ ਵਿਚਾਰੇ ਛੱਲੀਆਂ ਚੁੱਕਦੇ ਆ, ਬਹੁਤ ਔਖਾ ਬਾਈ ਕੈੜਾ ਕੰਮ ਇਹਨਾਂ ਦਾ ਵੀ। ਹੋਰ ਐ ਪੀ ਆ ਮੂੰਹ ਜਿਹਾ ਨੰਗਾ ਕਰ, ਉਰੇ ਆ। ਹੋਰ ਫਿਰ ਕਿਵੇਂ ਆ, ਕਿਵੇਂ ਚੱਲਦਾ ਕੰਮ, ਕੱਢ ਲਿਆ ਕੱਢ ਲਿਆ। ਇਹ ਬਾਲਟੀ ਆ ਬਾਈ ਠੇਕੇਦਾਰ ਦੀ ਲੱਗੀ ਹੋਈ ਸਾਰੀ, ਉਹ ਚੱਲਦੀ ਆ ਮਸ਼ੀਨ ਉੱਧਰ, ਲੈ ਗਿਆ ਦੂਏ ਪਾਸੇ ਨੂੰ ਸਿਆੜ। ਹਾਈਟ ਬਹੁਤ ਆ ਬਾਈ ਮੱਕੀ ਦੀ, ਦੇਖੋ ਕਿੰਨੀ ਹਾਈਟ ਆ ਔਰ ਛੱਲੀ
ਚਲੋ ਹੁਣ ਜਾਮਣਾ ਖਾਂਦੇ ਹਾਂ, ਦਿਖਾਉਣਾ ਤੁਹਾਨੂੰ ਉੱਪਰ ਚੜ੍ਹਨਾ ਪੈਣਾ, ਉੱਪਰ ਚੜ੍ਹ ਕੇ ਹੀ ਮਿਲਦੇ ਹਾਂ ਤੁਹਾਨੂੰ ਫਿਰ ਹੁਣ। ਲਓ ਜੀ ਬਾਈ ਖਾਓ ਜਾਮਣਾ, ਦੇਖੋ ਜੀ ਬਹੁਤ ਬਾਈ ਛੋਟੇ ਛੋਟੇ ਨੇ, ਬਹੁਤ ਦਰਖਤਾਂ ਵਿੱਚ ਚੜ੍ਹਨਾ ਅੱਜ, ਦਰਖਤਾਂ ਨੂੰ ਅਸੀਂ ਮਿਸ ਕਰਦੇ ਹਾਂ ਇਹਨਾਂ ਨੂੰ। ਦੇਖੋ ਐਂ ਸਿਖਰ ਚੜ੍ਹੇ ਪਏ ਆ, ਜਾਮਣਾ ਗਾ ਭਰਿਆ ਪਿਆ ਬਾਈ ਦਰਖਤ ਵੀ। ਆਹ ਦੇਖੋ ਜਾਮਣੇ ਜੰਮਣ ਲੱਗੀ ਪਈ ਆ ਵੀ, ਜਾਣੀ ਬਚਪਨ ਯਾਦ ਆ ਜਾਂਦਾ ਬਾਈ ਇਹ ਚੀਜ਼ਾਂ 'ਚ ਜਾ ਕੇ ਨਾ। ਹੁਣ ਆਪਾਂ ਜਾਮਣ ਦੇ ਉੱਪਰ ਖੜ੍ਹੇ ਹਾਂ ਵੀ, ਜਾਂ ਜਾਮਣ ਪਾਈ ਮੂੰਹ 'ਚ, ਆਹ ਦੇਖੋ ਬਚਪਨ ਯਾਦ ਆ ਜਾਂਦਾ ਬਾਈ ਦਾ। ਜਦੋਂ ਅਸੀਂ ਸਾਡੇ ਉੱਥੇ ਪਿੰਡ ਚੌਧਰੀਆਂ ਦੀ ਮੋਟਰ ਹੁੰਦੀ ਸੀ, ਉੱਥੇ ਜਾਮਣਾਂ ਦਾ ਬੂਟਾ ਹੁੰਦਾ ਤਾ, ਬਹੁਤ ਤੋੜ ਤੋੜ ਕੇ ਖਾਣੀਆਂ ਉੱਥੇ ਬਣੀਆਂ। ਅੱਜ ਬਚਪਨ ਚੇਤੇ ਆ ਗਿਆ ਫਿਰ ਦੁਆਬੇ ਜਾ ਕੇ ਉਹ ਵੀ, ਕਿਉਂ ਸਾਡੇ ਬਾਈ ਆਏ ਹਾਂ ਉਹ ਟਾਈਮ 'ਚ ਜਿਹੜੇ ਆਹ ਫਸਲ ਅੰਬ ਹੋ ਗਏ, ਜਾਮਣਾ ਹੋ ਗਈਆਂ, ਸਾਡੇ ਇਹ ਟਾਈਮ 'ਚ ਕੋਈ ਸੀਜ਼ਨ ਨਹੀਂ ਹੁੰਦਾ। ਹੁਣ ਇੱਧਰ ਇਹ ਸੀਜ਼ਨ ਚੱਲਦਾ ਮੱਕੀ ਦਾ, ਇਹ ਸਾਡੇ ਕਹਿੰਦੀ ਮੱਕੀ ਦਾ ਚੱਲਦਾ ਨਹੀਂ ਹੈਗਾ, ਜਾਮਣਾ ਦਾ ਟਾਈਮ ਆ। ਚਲੋ ਅਤੇ ਨਹਿਰ 'ਤੇ ਨਹਾਉਂਦੇ ਨਹਾਉਂਦੇ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਸਾਡੇ ਪਿੰਡ ਦੇ ਨਜ਼ਾਰੇ, ਤੁਹਾਨੂੰ ਆਪਣਾ ਪਿੰਡ ਵੀ ਦਿਖਾਵਾਂਗੇ, ਸਾਡੇ ਪਿੰਡ ਦੇ ਸੂਆ ਨਹਾਉਣੇ ਵਾਲਾ ਉਹ ਵੀ ਦਿਖਾਵਾਂਗੇ। ਬਾਕੀ ਆਹ ਤਾਂ ਬਾਈ ਚੀਜ਼ ਅਲੱਗ ਆ, ਜਿਹੜੀ ਪਿੰਡਾਂ 'ਚੋਂ ਘਰ ਤੋੜ ਕੇ ਚੀਜ਼ ਖਾਣੀ, ਇਹਦੇ ਵਰਗਾ ਤਾਂ ਸਵਾਦ ਏ ਕੋਈ ਨਹੀਂ ਹੈਗਾ। ਦੇਖੋ ਥੱਲੇ ਮੋਟਰ ਆ, ਆਹ ਜਾਮਣ ਦਾ ਬੂਟਾ, ਜਾਮਣ ਗਾ ਭਰਿਆ ਪਿਆ ਬਾਈ ਚਾਰੇ ਪਾਸੇ 'ਤੇ, ਆਹ ਦੇਖ ਸਕਦੇ ਹੋ ਤੁਸੀਂ ਵੀ ਬਹੁਤ ਜਾਮਣ ਲੱਗੀ ਹੋਈ ਆ। ਉਹ ਉੱਪਰ ਦੇਖ ਲਓ ਬਾ ਟਾਣੇ ਬਾਈ ਦੇ, ਕਹਿੰਦੇ ਛੋਟੇ ਛੋਟੇ ਹੁੰਦੇ ਸੀ ਨਾ ਜਦ ਅਸੀਂ ਜਦ ਕਿਤੇ ਜਾਮਣ ਤੋੜਨ ਜਾਣਾ ਤਾਂ ਘਰਦਿਆਂ ਨੇ ਕਹਿਣਾ ਮੁੰਡਿਆ ਟਾਣੇ ਕੱਚੇ ਹੁੰਦੇ ਆ, ਗਿਰ ਗੁਰ ਨਾ ਜਾਇਓ ਉੱਪਰ ਦੇ। ਅੱਜ ਉਹੀ ਗੱਲਾਂ ਯਾਦ ਆਉਂਦੀਆਂ ਵੀ ਜਿਹੜਾ ਬਚਪਨਾ ਅੱਜ ਚੇਤੇ ਆਉਂਦਾ ਉਹ ਆਪਣੀ ਕਮਾਇਣ ਚੱਲਦੀ ਆ। ਦੇਖੋ ਉਹ ਦੇਖੋ ਜਲਦੀ ਜਾਣੀ ਅੱਜ ਬਚਪਨ ਦੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਹੋ ਗਈਆਂ। ਬਹੁਤ ਆਪਣੇ ਬਚਪਨ ਦੇ ਯਾਰ ਦੋਸਤਾਂ, ਮਨੀ ਸਰਪੰਚ ਹੋ ਗਿਆ, ਮਨੀ ਹੋ ਗਿਆ, ਗੋਗੀ ਹੋ ਗਿਆ, ਬਹੁਤ ਆ ਨੌ ਹੁਣ, ਕਈਆਂ ਦੇ ਤਾਂ ਚੇਤੇ ਵੀ ਆ, ਕਈਆਂ ਦੇ ਭਾਵੇਂ ਵੀ ਨਹੀਂ ਪਤਾ ਹੁਣ ਤਾਂ ਵੀ ਨਾਲ ਕਿਹੜੇ ਕਿਹੜੇ ਬੰਦੇ ਪੜ੍ਹੇ ਤੇ ਕਿਹੜੇ ਕਿਹੜੇ ਨਹੀਂ ਪੜ੍ਹੇ ਤੇ, ਹੈ ਨਾ ਜੀ। ਟਾਈਮ ਬਹੁਤ ਹੋ ਗਿਆ ਨਾ ਬਾਈ, ਆਪਾਂ ਛੋਟੇ ਜਿਹੇ ਕੰਮਾਂ 'ਚ ਪੈ ਗਏ ਤੇ ਕੰਬਾਈਨਾਂ ਵਾਲਿਆਂ 'ਚ। ਪਹਿਲਾਂ ਮੈਂ ਬਾਈ ਇਲੈਕਟ੍ਰੀਸ਼ਨ ਦਾ ਕੰਮ ਵੀ ਕਰਿਆ, ਔਰ ਲੋ ਅਲਟਰਨੇਟਰ ਸੈਲਫਾਂ ਦਾ ਵੀ ਕਰਿਆ, ਉਹ ਤੋਂ ਬਾਅਦ ਫਿਰ ਮੈਨੂੰ ਉੱਥੇ ਹੀ ਦੇ ਇੱਕ ਕੰਬਾਈਨ ਦਾ ਬੰਦਾ ਕੰਮ ਕਰਾਉਣ ਆਇਆ ਤਾ ਇਲੈਕਟ੍ਰੀਸ਼ਨ ਦਾ ਜੀ, ਜਿੱਥੇ ਤੋਂ ਮੈਂ ਕੰਬਾਈਨ ਵਾਲੇ ਕੰਮ 'ਚ ਪਏ ਹਾਂ। ਕਹਿੰਦਾ ਵੀ ਮੈਂ ਤੈਨੂੰ ਮਸ਼ੀਨ ਪ੍ਰੋਸੀਜਨ ਲਾ ਮੇਰੀ ਪਰ, ਮੈਂ ਕਿਹਾ ਚਲੋ ਦੇਖ ਲੈਂਦੇ ਆ ਲਾ ਲੂੰਗੇ। ਯੂਪੀ 'ਚ ਗਿਆ ਤਾ ਬਾਈ, ਮੈਂ ਪਹਿਲੀ ਵਾਰ ਅਕਬਰਪੁਰ ਸ਼ਹਿਰ ਗਿਆ ਤਾ ਵੀ, ਜਾਣੀ ਮੈਨੂੰ ਮਸ਼ੀਨ ਦਾ ਕੰਮ ਇੰਨਾ ਮੈਨੂੰ ਸ਼ੌਂਕ ਹੁੰਦਾ ਤਾ ਨਾ ਮਸ਼ੀਨ ਚਲਾਉਣ ਦਾ, ਔਰ ਮੈਨੂੰ ਮੈਂ ਜਾਂ ਸਿੱਖਦਾ ਤਾ ਬਾਈ ਮੈਂ ਹੈਲਪਰ ਸੀਟ ਪਰ ਤਾਂ ਉਤਰਦਾ ਹੀ ਨਾ ਹੁੰਦਾ, ਸਾਰੀ ਸਾਰੀ ਦਿਹਾੜੀ ਉੱਪਰੇ ਬੈਠਾ ਰਹਿਣਾ, ਮੈਨੂੰ ਇੰਨਾ ਸ਼ੌਂਕ ਹੁੰਦਾ ਤਾ ਵੀ ਮੈਂ ਚਲਾਵਾਂ ਇਹਨੂੰ, ਵੱਧ ਛੇਤੀ ਤੋਂ ਛੇਤੀ ਚਲਾਉਣ ਲੱਗ ਜਾਵਾਂ। ਪਰ ਮੈਂ 3 ਸੀਜ਼ਨਾਂ 'ਚ ਬਾਈ ਲੱਗ ਗਿਆ ਤਾ ਚਲਾਉਣ, ਮੇਰਾ ਉਸਤਾਦ ਤਾ ਜਿਹੜਾ ਨਿੱਕਾ ਸਲੇਮਪੁਰ ਦਾ, ਨਿੱਕਾ ਨਿੱਕਾ ਕਹਿੰਦੇ ਤੇ ਉਹਨੂੰ, ਸਲੇਮਪੁਰ ਦਾ ਸਾਡੇ ਨਾਲੇ ਮੰਗਵਾਉਂਦੇ ਹਾਂ ਸਲੇਮਪੁਰ ਦਾ, ਤਾਂ ਬਹੁਤ ਜਾਣੀ ਮੈਨੂੰ ਨਾ ਘਰ ਵਾਂਗ ਰੱਖਿਆ, ਮੈਨੂੰ ਨਾ ਜਾਣੀ ਕੁੱਟਣਾ ਵੀ, ਮੇਰੇ ਥੱਪੜ ਵੀ ਮਾਰਨੇ, ਮੇਰੇ ਗਾਲਾਂ ਵੀ ਕੱਢਣੇ ਮੈਨੂੰ, ਪਰ ਮੈਂ ਆਪਾਂ ਨੇ ਮੁੱਖ ਨਹੀਂ ਮੋੜਿਆ ਹੈਗਾ ਵੀ ਨਹੀਂ ਗਾਲਾਂ ਕੋਈ ਕਿਸੇ ਦੇ ਸਿਖਾਉਣ ਵਾਸਤੇ ਕੋਈ ਕੱਢਦਾ ਹੁੰਦਾ, ਤਾਂ ਕਰਕੇ ਅੱਜ ਤੁਹਾਨੂੰ ਪਤਾ ਹੀ ਆ ਬਾਈ ਆਪਾਂ ਕਿਸੇ ਚੀਜ਼ 'ਚ ਮਾਰ ਨਹੀਂ ਖਾਂਦੇ ਵੀ ਆਪਾਂ ਜੇ ਗਾਲਾਂ ਸੁਣੀਆਂ ਤਾਂ ਆਪਾਂ ਅੱਜ ਇੱਥੇ ਤੱਕ ਪਹੁੰਚੇ ਹਾਂ, ਜਦ ਗੁੱਸਾ ਕਰਦੇ ਤਾਂ ਆਪਾਂ ਅੱਜ ਬਾਈ ਇੱਥੇ ਤੱਕ ਨਾ ਆਉਂਦੇ। ਚਲੋ ਫਿਰ ਤੁਹਾਨੂੰ ਦੱਸਾਂਗੇ ਕਹਾਣੀ, ਉਹ ਵੀ ਪੂਰਾ ਬਲੌਗ ਬਣਾਵਾਂਗੇ ਕਿਸ ਚੀਜ਼ 'ਤੇ ਵੀ। ਚਲੋ ਹੁਣ ਬਾਈ ਜਾਮਣਾ ਜੁੰਮਣਾ ਖਾ ਲਈਆਂ, ਕੁਛ ਲੈ ਵੀ ਲਈਆਂ, ਰਾਜੂ ਨੂੰ ਕੱਲ੍ਹ ਦਿੱਤੀਆਂ ਨਹੀਂ ਤੋੜ ਕੇ, ਅਤੇ ਕਹਿੰਦਾ ਮੈਨੂੰ ਵਧੀਆ ਨਹੀਂ ਲੱਗਦੀਆਂ। ਮੈਂ ਚਲੋ ਹੁਣ ਹੇਠਾਂ ਜਾ ਕੇ ਮਿਲਦਾ ਤੁਹਾਨੂੰ ਫਿਰ। ਲਓ ਜੀ ਬਈ ਹੁਣ ਜਾਮਣ ਪਰ ਤੇ ਉਤਰ ਕੇ ਆਪਾਂ ਆ ਗਏ, ਇਹ ਵੀਰ ਹਾਂ ਅਤੇ ਬਾਈ ਕਹਿੰਦਾ ਤਾ ਵੀ ਜੇ ਬਾਈ ਗਿਰੀ ਹੋਈ ਜਿਹੜੀ ਆਹ ਗਿਰੀ ਹੋਈ ਆ ਵੀ ਇਹ ਆਪਾਂ ਲੇਬਰ ਕਾ ਵੱਢ ਵੱਢਣੀ ਆ, ਬਾਕੀ ਇਹ ਖੜ੍ਹੇ ਹਾਂ ਕੁਛ ਕੁ ਸਿਆੜ, 3-15-16 ਸਿਆੜ ਖੜ੍ਹੇ ਹਾਂ। ਮੈਂ ਕਿਹਾ ਚੱਲ ਰਾਜੂ ਨੂੰ ਕਿਹਾ ਜਿੰਨੇ ਕੁ ਲੱਗਦੇ ਆ ਖੜ੍ਹੇ ਖੜ੍ਹੇ ਜਿੰਨੇ ਕੁ ਤਾਂ ਲਾ, ਬਾਕੀ ਫਿਰ ਦੂਆ ਕਟਰ ਵੀ ਆਪਣਾ ਪਹੁੰਚ ਗਿਆ, ਉਹ ਲਿਆ ਬਾਬਾ ਟਰੈਕਟਰ ਮਗਰ ਪਾ ਕੇ।
ਮੱਕੀ ਵਾਹ ਵੀ ਤਕੜੀ ਆ ਬਾਈ ਬਹੁਤ ਮੱਕੀ ਦਾ ਆ ਦੇਖੋ ਵੀ ਛੱਲੀਆਂ ਚੋਰੀ ਵੀ ਹੋਈਆਂ ਹੋਈਆਂ ਬਾਈ ਦੀਆਂ ਕਿੰਨੀਆਂ ਛੱਲੀਆਂ ਚੋਰੀ ਹੋਈਆਂ ਹੋਈਆਂ ਇਹ ਆਪਣੇ ਜਿਹੜੇ ਪੰਜ ਚਾਰ ਸਿਆੜ ਤੇ ਖੜੇ ਖੜੇ ਜੇ ਵੱਢ ਲਏ ਵੱਢਣ ਦੇ ਬਾਅਦ ਹੁਣ ਕੱਟ ਰਹੇ ਲੋਡ ਕਰਨ ਮੱਕੀ ਵਾਲਾ ਲੋਡ ਕਰਕੇ ਫਿਰ ਜਿਹੜੇ ਗਿਰੀ ਹੋਈ ਆ ਲੇਬਰ ਆਪਣੀ ਆ ਗਈ ਤਿਆਰ ਆ ਉਹ ਦੂਆ ਕਟਰ ਵੀ ਆ ਗਿਆ ਉਹਦੇ ਪਏ ਆ ਆਪਾਂ ਹੁਣ ਟਰਾਲਾ ਲੋਡ ਕਰਨਾ ਇਹ ਲੋਡ ਕਰਕੇ ਫਿਰ ਇਹਨੂੰ ਜਿਹੜਾ ਲੇਬਰ ਵਾਲਾ ਕੰਮ ਚੱਲ ਪਊਗਾ ਥੱਬੇ ਵਾਲਾ ਵਿੱਚ ਕੱਲਾ ਕੱਲਾ ਡਾਂਡਾ ਵੱਢ ਕੇ ਛਿੜਨਗੇ ਇਹ ਆਹ ਖੜਾ ਆਪਣਾ ਟਰਾਲਾ ਜਿਹੜਾ ਮੱਕੀ ਵਾਲਾ ਉਹ ਆਪਣਾ ਦੂਆ ਸਾਦਾ ਕਟਰ ਖੜਾ ਹੈ ਉਹਨੂੰ ਚਾਦਰ ਲਾਈ ਹੋਈ ਆ ਬਦਰ ਮਸ਼ੀਨ ਵੀ ਹੋ ਗਈ ਵਿਹਲੀ ਲੱਗੀ ਆ ਦਾਣੇ ਕੱਢਣ ਰਾਜੂ ਦਾਣੇ ਕੱਢ ਕੇ ਫਿਰ ਕਟਰ ਲੋਡ ਕਰਕੇ ਇੱਧਰ ਦੂਆ ਪਾ ਕੇ ਵਿੱਚ ਵਿੱਚ ਬਾਈ ਮਸ਼ੀਨਾਂ ਬਹੁਤ ਆ ਗਈਆਂ ਆਹ ਦੇਖੋ ਮੱਕੀ ਵੀ ਬਹੁਤ ਆ ਹਜੇ ਬਹੁਤ ਜ਼ਿਆਦਾ ਮੱਕੀ ਖੜੀ ਆ ਆਹ ਯੰਤਰ ਖੜਾ ਯੰਤਰ ਹਜੇ ਵਿੱਚ ਹਰੀ ਮੱਕੀ ਬਹੁਤ ਖੜੀ ਹੈ ਜਿਹੜੀ ਆਪਣੇ ਘੱਟੋ ਘੱਟ ਵੀ 10 ਦਿਨ ਤੱਕ ਵੱਢ ਹੋਣੀ ਆ ਭਲਵਾਨ ਬਾਈ ਦੀ ਮੋਟਰ 'ਤੇ ਚੱਲੀ ਹੋਈ ਦੀ ਪਾਣੀ ਪੀਤਾ ਮੰਜਾ ਲੱਗਿਆ ਹੋਇਆ ਰੋਟੀ ਆਈ ਪਈ ਆ ਸ਼ਾਮ ਹੈ ਦਰਖਤ ਡੇਕ ਲੱਗੀ ਹੋਈ ਆ ਨਜ਼ਾਰੇ 'ਚ ਬੈਠੇ ਹਾਂ ਆਹ ਮੱਕੀ ਦੇਖੋ ਬਾਈ ਜਿਹੜੀ ਆਹ ਖੜੀ ਹੈ ਘੱਟੋ ਘੱਟ ਵੀ ਇਹ 20 ਦਿਨ ਲਊਗੀ ਜੇ 10 ਦਿਨ ਹੋਰ ਉਹ ਲੱਗ ਗਿਆ ਰਾਜੂ ਦਾਣੇ ਕੱਢਣ ਲਓ ਜੀ ਬਾਈ ਇਹ ਕਟਰ ਹੋ ਗਿਆ ਤਾਂ ਲੋਡ ਟਰਾਲੇ ਪਰ ਦੂਆ ਆਪਾਂ ਲਾ ਕੇ ਮਸ਼ੀਨ ਤੋਰਤੀ ਲੱਗ ਗਈ ਵੱਢਣ ਬਾਕੀ ਤੁਹਾਨੂੰ ਮੈਂ ਦਿਖਾਏ ਦਿੰਦਾ ਬਹੁਤ ਵਧੀਆ ਕਟਰ ਚੱਲਦਾ ਬਾਈ ਸਫਾਈ ਇੰਨੀ ਆ ਵੀ ਤੁਸੀਂ ਹਿਸਾਬ ਲਾ ਲਓ ਚਾਈਨਾ ਪਰੇ ਕਟਰ ਆ ਸਾਰਾ ਟੋਟਲ ਚਾਈਨਾ 12 ਚਾਈਨਾ ਕਟਰ 'ਚ 6 ਸਿਆੜ ਲ ਜਾਂਦੀ ਆ ਇੱਕ ਵਾਰ 'ਚ ਪਰ ਜਾਣੀ ਐਂ ਹਿਸਾਬ ਲਾ ਲਓ ਤੁਸੀਂ ਕਟਰ ਇੰਨਾ ਵਧੀਆ ਚੱਲਦਾ ਕੋਈ ਕੰਪਲੇਂਟ ਨਹੀਂ ਹੈਗੀ ਕਟਰ ਦੀ ਕੋਈ ਗਿਰਿਆ ਹੈ ਨਹੀਂ ਛੱਡਦੀ ਆ ਬਲੇਟ ਲਾਏ ਹੋਏ ਪਿੱਛੇ ਰੂਲੇ ਨੂੰ ਜਿਹੜੇ ਆ ਲਾਏ ਹੋਏ ਚੌਰ ਸੇ ਬਾਈ ਥੱਲੇ ਟਾਂਟਾ ਸਿੱਟਣ ਦਾ ਕੰਮ ਇਹ ਕਰਦੇ ਹਾਂ ਬਾਕੀ ਇੱਕ ਹੋਰ ਕਿਸੇ ਕੰਪਨੀ ਨੇ ਜਿਹੜੇ ਉਹ ਪਿੱਛੇ ਬਲੇਟ ਲੱਗੇ ਹੋਏ ਪੱਤੀਆਂ ਪਿੱਛੇ ਲੱਗੀਆਂ ਆਹ ਦੇਖੋ ਸਾਹਮਣੇ ਉਹ ਪੱਤੀਆਂ ਲਾਈਆਂ ਨਹੀਂ ਕਰਤਾਰ ਕੰਪਨੀ ਬਲੇਟ ਲਾ ਕੇ ਦਿੰਦੇ ਮਿਲਿਆ ਨਹੀਂ ਬਾਈ ਮੈਨੂੰ ਵੀ ਕੱਲ੍ਹ ਇਹ ਮੈਂ ਬਾਜ਼ਾਰ 'ਚ ਗਿਆ ਤਾ ਉਹ ਕਹਿੰਦੇ ਵੀ ਬਾਈ ਇਹ ਤਾਂ ਬੁਲੇਟ ਹੋਰ ਕੰਪਨੀ ਦਾ ਲਾਇਆ ਹੀ ਨਹੀਂ ਕਿਸੇ ਨੇ ਸਾਨੂੰ ਸਾਡੇ ਕੋਲ ਹੈ ਹੀ ਨਹੀਂ ਸਪੇਅਰ ਪਾਰਟ 'ਤੇ ਗਿਆ ਤਾਂ ਮੈਂ ਇੱਥੇ ਸ਼ਾਹਕੋਟ ਬਹੁਤ ਵਧੀਆ ਕਟਰ ਬਣਾਇਆ ਹੈ ਰੀਝ ਲਾ ਕੇ ਦਿੱਤਾ ਬੰਦਿਆਂ ਨੇ ਇੱਕ ਦਿਨ ਲੇਟ ਹੀ ਦਿੱਤਾ ਸਾਨੂੰ ਕੰਪਨੀ ਨੇ ਇਹ ਤਸੱਲੀ ਕਰਾ ਕੇ ਦਿੱਤਾ ਸਾਡੀ ਅਸੀਂ ਇਹਨੇ ਕਹਿਣ 'ਤੇ ਵੀ ਲੇਟ ਹੋ ਗਿਆ ਪਰ ਲੇਟ ਦੀ ਕਈ ਤਾਂ ਬਾਅਦ 'ਚ ਪਤਾ ਲੱਗਿਆ ਵੀ ਇਹ ਵੀ ਇੱਕਣਾ ਵੀ ਹੋ ਜਾਂਦਾ ਹੁੰਦਾ ਬਾਕੀ ਕਈ ਮੇਰੇ ਵੀਰਾਂ ਦੇ ਕਮੈਂਟ 'ਤੇ ਬਾਈ ਟਰਾਲਾ ਟਰਾਲੇ ਭਾਅ ਜੀ ਦੋ ਆ ਦੇਖੋ ਇੱਕ ਆਹ ਖੜਾ ਇਹਦੇ ਪਰ ਉਹ ਲੋਡ ਹੋਇਆ ਹੈ ਆਪਣਾ ਦੂਆ ਟਰਾਲਾ ਜਿਹੜਾ ਸਾਦੇ ਵਾਲਾ ਉਹ ਖੜਾ ਉਹ ਦੂਆ ਉਹਦੇ ਪਰ ਲੋਡ ਹੋਣਾ ਹੈ ਬਾਕੀ ਕਈ ਮੇਰੇ ਵੀਰ ਕੰਬਾਈਨ ਦਾ ਰੇਟ ਪੁੱਛ ਦਿੰਦੇ ਆ ਦੇਖੋ ਸਾਰਿਆਂ 'ਤੇ ਜਿਹੜੀ ਬੜੀ ਗੱਲ ਆ ਵੀ ਗਿਰੀ ਹੋਈ 'ਚ ਵੀ ਕਟਰ ਇੰਨਾ ਆਪਣਾ ਇਹ ਕੰਮ ਕਰਦਾ ਵੀ ਪੁੱਛੋ ਨਾ ਤੁਸੀਂ ਕੁਝ ਭਲਵਾਨ ਭਾਅ ਜੀ ਤਾਂ ਬਹੁਤ ਹੀ ਗਿਰੀ ਹੋਈ ਸੀ ਤਾਂ ਕਰਕੇ ਸਾਨੂੰ ਲਾਉਣਾ ਪੈ ਗਿਆ ਦੂਆ ਨਹੀਂ ਤਾਂ ਅਸੀਂ ਬਾਈ ਜਿੱਦਣ ਦੇ ਚਲਾਈ ਆ ਮਸ਼ੀਨ ਇਹੀ ਚੱਲਦਾ ਜਿਹੜਾ ਅਗਲਾ ਐਵੇਂ ਕਹਿ ਕੇ ਲੈ ਕੇ ਜਾਂਦਾ ਨਾ ਵੀ ਬਾਈ ਗਿਰੀ ਹੋਈ ਹੈ ਮੇਰੀ ਵੀ ਦੂਏ ਕਟਰ ਲਾਉਣੇ ਅਸੀਂ ਕਹਿੰਦੇ ਵੀ ਇੱਕ ਗੇੜਾ ਬਾਈ ਲਾ ਕੇ ਲਵਾ ਕੇ ਦੇਖ ਲਾ ਫਿਰ ਨਾਲ ਆਈ ਜੇ ਨੁਕਸਾਨ ਹੁੰਦਾ ਬਾਈ ਉਹੀ ਇਹੀ ਕਟਰ ਕਾ ਵੱਢ ਕੇ ਆਈਦਾ ਖੁਸ਼ ਹੋ ਕੇ ਆਉਂਦਾ ਅਗਲਾ ਕਿਸਾਨ ਵੀ ਬਾਕੀ ਮਸ਼ੀਨ ਦਾ ਰੇਟ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ 'ਚ ਜਿਹੜਾ ਕਟਰ ਦਾ ਉਹ ਵੀ ਦੱਸਦੇ ਹੁਣ ਤੁਹਾਨੂੰ ਮੈਂ ਬਾਈ ਕਟਰ ਪਾਉਣ ਤੋਂ ਬਾਅਦ ਸੌਂ ਗਿਆ ਤਾ ਮੈਂ ਕਿਹਾ ਚਲੋ ਆਰਾਮ ਕਰਦੇ ਹਾਂ ਘੜੀ ਘੰਟਾ ਦੁਪਹਿਰ ਦਾ ਟਾਈਮ ਆ ਬਾਈ ਰਾਤ ਵੀ 10-11 ਵੱਜ ਜਾਂਦੇ ਰੋਜ਼ ਸਾਨੂੰ ਘਰਾਂ ਪਹੁੰਚ ਜਾਂਦੇ ਨੇ ਚਲੋ ਸੀਜ਼ਨ 'ਚ ਤਾਂ ਤੁਹਾਨੂੰ ਪਤਾ ਹੀ ਵੀ ਭੱਜ ਨੱਠ ਕਰਨੀ ਉਹ ਪੈਂਦੀ ਆ ਕਿਉਂ ਐਂ ਬਾਈ ਇੱਕ ਥੋੜ੍ਹੇ ਜਿਹੇ ਭੱਜ ਨੱਠ ਥੋੜ੍ਹੀ ਜਿਹੀ ਐਂ ਕਰਨੀ ਪੈਂਦੀ ਆ ਵੀ ਵੀਰ ਹੁਣੇ ਵੀ ਨਵੇਂ ਆ ਬਾਕੀ ਤੁਹਾਨੂੰ ਪਤਾ ਜੀ ਸਾਡਾ ਵੀ ਕੰਮ ਕਰਨ ਦਾ ਤਰੀਕਾ ਕਹਿ ਜਿਹਾ ਕਈ ਮੇਰੇ ਵੀਰਾਂ ਦੇ ਕਮੈਂਟ ਆਉਂਦੇ ਤੇ ਬਾਈ ਤੁਸੀਂ ਕਟਰ ਦੀ ਜਾਣਕਾਰੀ ਦਿਓ ਕਟਰ ਅਲੱਗ ਤੋਂ ਮਿਲਿਆ ਜਾਂ ਨਹੀਂ ਨਾਲ ਮਿਲਿਆ ਨਹੀਂ ਵੀਰ ਜੀ ਇਹ ਆਪਾਂ ਨੂੰ ਕਟਰ ਅਲੱਗ ਮਿਲਿਆ ਇਹ ਆਪਣਾ 7.5 ਲੱਖ ਦਾ ਕਟਰ ਬਣਦਾ ਕਰਤਾਰ ਕੰਪਨੀ ਦਾ ਬਹੁਤ ਜਾਣੀ ਵਧੀਆ ਚੀਜ਼ ਆ ਜੇ ਕਿਸੇ ਨੇ ਕਟਰ ਮੱਕੀ ਵਾਲਾ ਲੈਣਾ ਹੋਵੇ ਤਾਂ
ਵਧੀਆ ਗੱਡਰਾ, ਇੱਕ ਨੰਬਰ ਗੱਡਰਾ, ਕੋਈ ਨੁਕਸਾਨ ਨਹੀਂ, ਕੋਈ ਕੁਛ ਨਹੀਂ, ਕੋਈ ਇਹਦਾ ਤੋੜ ਭੰਨ ਨਹੀਂ ਹੈਗੀ, ਐਨ ਟੋਪ 'ਤੇ ਚੱਲਦਾ। ਬਾਕੀ ਚਲੋ ਐਂ ਨਵੀਂ ਮਸ਼ੀਨ ਦਾ ਸੈਟਿੰਗ ਸੁਟਿੰਗ ਕਰਕੇ ਦਿੰਦੇ ਹਾਂ, ਬਾਕੀ ਕੋਈ ਗੱਲ ਨਹੀਂ। ਜੇ ਕਿਸੇ ਨੇ ਲੈਣਾ ਹੋਵੇ ਤਾਂ ਕਰਤਾਰ ਕੰਪਨੀ ਦਾ ਗੱਡਰਾ ਪੈਣੀ ਕਹਿੰਦੇ ਵੀ ਇਹਨਾਂ ਦੀ ਲਿਓ, ਜੇ ਲੈਣਾ ਹੋਵੇ ਤਾਂ ਬਹੁਤ ਵਧੀਆ ਜਾਣਕਾਰੀ ਆ ਮੈਨੂੰ, ਕਈ ਵੀਰਾਂ ਨੇ ਦੱਸਿਆ ਰਿਵਿਊ ਕਰੀ ਬਾਈ ਗੱਡਰ ਦਾ, ਬੜਾ ਵਧੀਆ ਚੀਜ਼ ਆ ਬਾਈ, ਮੰਨ ਲਓ ਮਸਤ ਚੀਜ਼ ਆ ਮਸਤ। ਬਾਕੀ ਕਈ ਵੀ ਨੇ ਵੀਰਾਂ ਦੇ ਵੀ ਕਮੈਂਟ ਆਉਂਦੇ ਤੇ ਵੀ ਬਾਈ ਜੀ ਤੁਸੀਂ ਨਵੀਂ ਕੰਬਾਈਨ ਦਾ ਰੇਟ ਨਹੀਂ ਦੱਸਦੇ, ਨਵੀਂ ਕੰਬਾਈਨ ਬਾਈ ਜੀ ਇਹਦਾ ਰੇਟ ਹੈਗਾ 25-95 ਡਿਮਾਂਡ ਆ, ਆਪਾਂ ਨੂੰ ਇਹ 25 ਲੱਖ 'ਚ ਪੈਗੀ, 25 ਲੱਖ 'ਚ ਇਕੱਲੀ ਕੰਬਾਈਨ ਦੂਏ ਕੱਟ ਰਕਾ ਪੈਗੀ। ਹਾਂ 25 'ਚ ਮੰਨ ਲਓ ਤੁਸੀਂ, 25 'ਚ ਆਪਾਂ ਨੂੰ ਪੈ ਜਾਣੀ ਇਹ ਟੋਟਲੀ। ਬਾਕੀ ਹੋਰ ਵੀ ਮਾਡਲ ਆ, ਡੀਲੈਕਸ ਮਾਡਲ ਆ ਜਿਹੜੇ, ਬਾਕੀ ਇਹਨਾਂ ਦੇ ਪੰਮਾ ਬਾਈ ਅਨਮੋਲ ਬਾਈ ਦਾ ਚਾਚਾ ਕਹਿੰਦਾ ਆਪਣੇ ਗਾਹਾਂ ਨੂੰ ਡੀਲੈਕਸ ਮਾਡਲ ਲੈਣੇ ਪਸੰਦ, ਇਹਨਾਂ ਨੇ ਡੀਲੈਕਸ ਮਾਡਲ ਕਰੀ ਦੀ, ਕਹਿੰਦੇ ਵੀ ਡੀਲੈਕਸ ਮਾਡਲ ਲੈਣੀ ਆ ਵੀ ਭੱਜਦੀ ਜ਼ਿਆਦਾ ਆ। ਪਤਾ ਕਿਆ ਚੱਕਰ ਆ ਬਾਈ, ਤੁਹਾਨੂੰ ਪਤਾ ਹੁਣ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਂਦੀ ਆ, ਉਹਨਾਂ ਨੇ ਪਹਿਲਾਂ ਤਾਂ ਉਹ ਚੀਜ਼ ਦੀ ਥੋੜ੍ਹੀ ਜਿਹੀ ਹੈਗੀ ਉਹ ਗੇਅਰ ਗੂਰ ਦਾ ਸਮਾਨ ਗੇਅਰ, ਉਹਦੇ ਕਰਕੇ ਮੈਂ ਕਿਹਾ ਨਹੀਂ ਤੁਸੀਂ ਹਲੇ ਪਹਿਲਾਂ ਇਹ ਮਸ਼ੀਨ ਲਓ, ਹੌਲੀ ਹੌਲੀ ਤੁਹਾਨੂੰ ਭੇਤ ਪੈ ਜਾਣਾ ਇਹ ਕੰਮ ਦਾ। ਫਿਰ ਤੁਸੀਂ ਕਹਿੰਦੇ ਸੀ ਦੋ ਲੈਣੀਆਂ, ਹਾਂ ਕੋਈ ਗੱਲ ਨਹੀਂ, ਜਦ ਨੂੰ ਤੁਹਾਨੂੰ ਭੇਤ ਪੈ ਜਾਣਾ, ਭੇਤ ਪੈਣ ਤੋਂ ਬਾਅਦ ਫਿਰ ਆਪਣੀ ਤੁਸੀਂ ਡੀਲੈਕਸ ਮਾਡਲ ਹੀ ਲਿਓ, ਵਧੀਆ ਰਹੋਗੇ। ਚਲੋ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜੀ ਸਾਡੇ ਇਹ ਕਹਿਣ 'ਤੇ। ਚਲੋ ਅਸੀਂ ਤਾਂ ਵੀਰੇ ਹੁਣ ਕਈ ਮੇਰੇ ਵੀਰਾਂ ਦੇ ਵਿੱਚ ਮੈਸੇਜ ਵੀ ਆਉਂਦੇ ਨੇ ਬਹੁਤ ਉਲਟ ਪੁਲਟ, ਬਾਈ ਜੀ ਕਿੰਨਾ ਕਮਿਸ਼ਨ ਮਿਲਿਆ ਤੁਹਾਨੂੰ, ਫਲਾਣਾ ਦਿਉਂਗਾ, ਤੁਹਾਨੂੰ ਪਤਾ ਹੀ ਹੈ ਬਾਈ ਅਸੀਂ ਕਿੱਥੇ ਤੇ ਕਿੱਥੇ ਮੋਟਰਸਾਈਕਲਾਂ ਮਸ਼ੀਨਾਂ ਦੇਖਣ ਚਲ ਜਾਂਦੇ ਹਾਂ ਬਾਈ, ਅਸੀਂ ਕਿਤੇ ਕਮਿਸ਼ਨਾਂ ਪਰ ਜਾਂਦੇ ਹਾਂ, ਜੇ ਸਾਨੂੰ ਇੰਨਾ ਹੀ ਕਮਿਸ਼ਨ ਦਾ ਉਹ ਹੁੰਦੇ ਅਸੀਂ ਕਾਹਨੂੰ ਉਹ ਕਰੀਏ। ਕੋਈ ਬਾਈ ਆਪਾਂ ਉਹ ਨਹੀਂ ਕਰਦੇ ਹੈਗੇ, ਜਦ ਇਹ ਕਮਿਸ਼ਨ ਕਮੁਸ਼ਨ ਸਾਡਾ ਕੋਈ ਨਹੀਂ ਹੁੰਦਾ ਕਿਸੇ ਦਾ, ਤੁਸੀਂ ਦੇਖਿਆ ਹੀ ਆ ਵੀ ਕਿੰਨੇ ਕੁ ਕਮਿਸ਼ਨ ਲੈਣਾ, ਹਾਲਾਤ ਤਾਂ ਫਿਰ ਉਹੀ ਰਹਿੰਦੇ ਵੀਰੇ, ਕਮਿਸ਼ਨ ਵਾਲਿਆਂ ਦੇ ਵੀ ਉਹੀ ਆ, ਸਾਡੇ ਵੀ ਉਹੀ ਆ, ਇਹ ਬਲਤੂ ਦੀਆਂ ਫਾਲਤੂ ਦੀਆਂ ਗੱਲਾਂ, ਮੇਰਾ ਵੀ ਨਾ ਕਮੈਂਟ ਕਰਿਆ ਕਰੋ। ਚਲੋ ਠੀਕ ਆ, ਗੱਡੀ ਆਪਾਂ ਨੇ ਚੱਕੀ ਆ, ਤੁਹਾਨੂੰ ਪਤਾ ਹੀ ਆ ਤੁਸੀਂ ਜਿੱਤੇ ਮੇਰਾ ਚੈਨਲ ਬਣਿਆ, ਤੁਸੀਂ ਤੁਹਾਨੂੰ ਪਤਾ ਹੀ ਵੀ ਮੈਂ ਕਰਤਾਰ ਮਸ਼ੀਨ 'ਤੇ ਚਲਾਉਂਦਾ ਹੈ, ਕਿ ਜਿਹੜੀ ਚੀਜ਼ ਬੰਦੇ ਨੇ ਚਲਾਈ ਚਲਾਊਗਾ ਉਹੀ ਕਰੂਗਾ, ਹੈ ਨਾ ਜੀ। ਵੀ ਹੁਣ ਆਪਾਂ ਕਰਤਾਰ ਚਲਾਉਂਦੇ ਹਾਂ, ਆਪਾਂ ਕਰਤਾਰ ਦਾ ਹੀ ਵਧੀਆ ਚੀਜ਼ ਲੱਗਦੀ ਆ ਮਸਤ ਆ, ਤਾਂ ਆਪਾਂ ਵਧੀਆ ਉਹੀ ਚੀਜ਼ ਨੂੰ ਕਿਹਾ ਜਾਂਦਾ ਜਿਹੜੀ ਬੰਦੇ ਨੇ ਚਲਾਈ ਵੀ ਹੁੰਦੀ ਆ, ਹੈ ਨਾ ਜੀ। ਚਲੋ ਕੋਈ ਨਹੀਂ ਬਾਈ, ਹੁਣ ਮੈਂ ਤੁਹਾਨੂੰ ਦਿਖਾਉਣਾ ਚੱਲਦੀ ਮਸ਼ੀਨ ਵੀ ਕਿਵੇਂ ਵੱਢ ਕੇ ਟਾਂਡਾ ਸਿੱਟਦੇ ਹਾਂ, ਗਰਮੀ ਬਹੁਤ ਆ ਬਾਈ ਅੱਜ। ਆਹ ਚੱਲਦੀ ਆ ਕੰਬਾਈਨ, ਬਾਕੀ ਜਿਹੜਾ ਛੱਡਿਆ ਤਾ ਆਪਾਂ ਨੇ ਖੜੀ ਖੜੀ ਦਾ ਗੇੜਾ ਲਾ ਕੇ, ਉਹ ਇਹਨਾਂ ਨੇ ਰਾਜੀ ਉਹਨਾਂ ਨੇ ਵੱਢ ਕੇ ਲੇਬਰ ਵਾਲਿਆਂ ਨੇ ਸਿੱਟ ਕੇ ਵਿੱਚ, ਹੁਣ ਉਹ ਸਿੱਟਣ ਲੱਗੇ ਆ ਵੱਢ ਕੇ ਸਾਡਾ। ਬਹੁਤ ਬਾਈ ਗਰਮੀ ਆ, ਗਰਮੀ 'ਚ ਕੰਮ ਕਰਨਾ ਬਹੁਤ ਔਖਾ ਹੈ, ਇਹ ਟਾਂਡਾ ਵੱਢਣਾ ਮੱਕੀਆਂ ਦਾ ਕੰਮ ਕਰਨਾ ਬੜਾ ਔਖਾ। ਦੇਖੋ ਬਾਈ ਭਿੱਜੇ ਪਏ ਆ ਵਿਚਾਰੇ ਗਰਮੀ ਗੇਲਾ, ਦੇਖੋ ਮਿਹਨਤ ਕਰਦੇ ਆ ਬਾਈ ਬਹੁਤ, ਇੱਧਰਲੇ ਲੋਕ ਜ਼ਿਮੀਂਦਾਰ ਵੀ ਕਰਦੇ ਆ, ਹੋਰ ਵੀ ਆਪਣੇ ਭੈਣ ਭਰਾ ਬਹੁਤ ਮਿਹਨਤ ਕਰਦੇ ਆ, ਠੀਕ ਆ ਬਾਈ। ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ 'ਚ, ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਚੈਨਲ ਸਾਡਾ ਜ਼ਰੂਰ ਸਬਸਕ੍ਰਾਈਬ ਕਰ ਲਿਓ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।